ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਇੱਕ ਪਾਸੇ ਤੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਦੂਜੇ ਪਾਸੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦੀਆਂ ਪਿੰਡਾਂ ਵਿੱਚ ਲਾਈਨਾਂ ਲੱਗੀਆਂ ਹੋਈਆਂ ਹਨ। ਇਸੇ ਲੜੀ ਦੇ ਤਹਿਤ ਅੱਜ ਪਿੰਡ ਮਰੜ ਖੁਰਦ ਤੋਂ ਜੋਬਨਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਚੇਅਰਮੈਨ ਬਲਬੀਰ ਸਿੰਘ ਪੰਨੂ ਅਤੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਵਿੱਚ ਹਰ ਇੱਕ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਇੱਥੇ ਹੀ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਅਕਾਲੀ ਦਲ ਪਾਰਟੀ ਅਤੇ ਕਾਂਗਰਸ ਪਾਰਟੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹਨਾਂ ਦੀਆਂ ਪਾਰਟੀਆਂ ਵਿੱਚ ਕੌਣ ਸ਼ਾਮਲ ਹੋ ਰਿਹਾ ਹੈ ਜਾਂ ਕੌਣ ਪਾਰਟੀ ਵਿੱਚ ਵਾਪਸ ਆ ਰਿਹਾ ਹੈ, ਇਹਨਾਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ। ਮਾਝਾ ਲਈ ਟੀਵੀ ਲਈ ਫਤਿਹਗੜ੍ਹ ਚੂੜੀਆਂ ਤੋਂ ਮਨਪ੍ਰੀਤ ਸਿੰਘ ਮਾਨ ਦੀ ਖਾਸ ਰਿਪੋਰਟ। ਮਰੜ ਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2022 'ਚ ਵੀ ਬੜਾ ਪਿਆਰ ਦਿੱਤਾ ਸੀ ਤੇ ਅੱਜ ਸਾਡਾ ਵੀਰ ਜੋਬਨਜੀਤ ਸਿੰਘ ਆਪਣੀ ਸਾਰੀ ਟੀਮ ਦੇ ਨਾਲ SC BC ਔਰ ਜਨਰਲ ਭਾਈਚਾਰੇ ਦੇ ਵੀ ਕਾਫੀ ਵੀਰ ਅੱਜ ਜੋ ਕਾਂਗਰਸ ਨੂੰ ਅਤੇ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਸਾਡੀ ਆਮ ਆਦਮੀ ਪਾਰਟੀ ਦੀ ਟੀਮ, ਸਾਡਾ ਵੀਰ ਕੈਪਟਨ, ਸਾਡਾ ਵੀਰ ਗੁਰਸੇਵਕ, ਸਾਡਾ ਵੀਰ ਜਸਪਾਲ ਜੀ, ਇਹਨਾਂ ਦਾ ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਦੀ ਮਿਹਨਤ, ਇਹਨਾਂ ਦੀ ਪਿੰਡ ਦੇ ਵਿੱਚ ਮਿਹਨਤ ਨੂੰ ਵੇਖਦਿਆਂ ਹੋਇਆਂ ਅੱਜ ਆਮ ਆਦਮੀ ਪਾਰਟੀ ਦੀ ਪਿੰਡ ਮਰੜ ਖੁਰਦ ਦੇ ਵਿੱਚ ਬਹੁਤ ਵੱਡੀ ਇੱਕ ਟੀਮ ਤਿਆਰ ਹੋ ਚੁੱਕੀ ਹੈ। 2024 ਦੀ ਇਲੈਕਸ਼ਨ ਦੇ ਵਿੱਚ ਪਿੰਡ ਮਰੜ ਖੁਰਦ ਦੇ ਵਿੱਚੋਂ ਇੱਕ ਤਰਫਾ ਆਮ ਆਦਮੀ ਪਾਰਟੀ ਦਾ ਇੱਕ ਤਰਫਾ ਝੰਡਾ ਹੋਵੇਗਾ। ਘੱਟੋ ਘੱਟ 70-75% ਆਮ ਆਦਮੀ ਪਾਰਟੀ ਦੇ ਨਾਲ ਪਿੰਡ ਮਰੜ ਖੁਰਦ ਤੋਂ ਸੰਗਤ ਜੁੜ ਚੁੱਕੀ ਹੈ। ਇਸ ਸੰਗਤ ਦਾ ਮੈਂ ਆਮ ਆਦਮੀ ਪਾਰਟੀ 'ਚ ਜੀਆਂ ਵੀ ਆਖਦਾ ਔਰ ਇਹਨਾਂ ਦੇ ਜੋਸ਼ ਨੂੰ ਵੇਖਦਿਆਂ ਹੋਇਆਂ ਮੈਂ ਇਹਨਾਂ ਨੂੰ ਭਰੋਸਾ ਵੀ ਦਿਵਾਉਂਦਾ ਕਿ ਇਹਨਾਂ ਦੇ ਵਿੱਚੋਂ ਖਾਸ ਤੌਰ 'ਤੇ SC BC ਭਾਈਚਾਰੇ ਦੇ ਵਿੱਚੋਂ ਕਈ ਵੀਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਮਾਣ ਸਨਮਾਨ ਵੀ ਦਿੱਤਾ ਜਾਊਗਾ। ਜਿਹੜੇ ਹਿਸਾਬ ਦੇ ਨਾਲ ਸਾਡੇ ਵੀਰ ਕੰਮ ਕਰਨਗੇ ਉਸੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਅਹੁਦਿਆਂ ਦੇ ਨਾਲ ਵੀ ਨਿਵਾਜਿਆ ਜਾਏਗਾ। ਆਮ ਆਦਮੀ ਪਾਰਟੀ ਦੀ 2022 ਤੋਂ ਤਕਰੀਬਨ 2 ਸਾਲ ਤੋਂ ਸਰਕਾਰ ਬਣੀ ਹੈ, ਉਹ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਉਹਨਾਂ ਦੇ ਨਿਰਪੱਖ ਕੰਮਾਂ ਨੂੰ ਵੇਖਦਿਆਂ ਹੋਇਆਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਜੁਆਇਨਿੰਗ ਦੀਆਂ ਦਿਨ ਬਰ ਦਿਨ ਲਾਈਨਾਂ ਲੱਗੀਆਂ ਹੋਈਆਂ ਨੇ ਸੰਗਤ ਦੀਆਂ, ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਦੀਆਂ, ਜਿਹੜੇ ਕੋਲ ਕਈ ਵਾਰ ਟਾਈਮ ਨਹੀਂ ਦਿੱਤਾ ਜਾ ਰਿਹਾ। ਇਸ ਚੀਜ਼ ਦੀ ਮੈਂ ਸੰਗਤ ਤੋਂ ਮਾਫ਼ੀ ਵੀ ਚਾਹੁੰਦਾ ਕਿਉਂਕਿ ਸੰਗਤ ਲੋਕ ਮਿਲਣੀ ਦੇ ਵਿੱਚ ਵੀ ਕਾਫ਼ੀ ਸੰਗਤ ਮਿਲਣ ਆਉਂਦੀ ਹੈ, ਥੋੜ੍ਹਾ ਟਾਈਮ ਸੰਗਤ ਨੂੰ ਉੱਥੇ ਵੀ ਦੇਣਾ ਪੈਂਦਾ। ਇੱਕ ਇੱਕ 2-2 ਪਿੰਡਾਂ ਨੂੰ ਮੈਂ ਜੁਆਇਨਿੰਗ ਦਾ ਰੋਜ਼ ਟਾਈਮ ਦੇ ਰਿਹਾ ਔਰ ਸੰਗਤ ਨੂੰ ਮੈਂ ਆਪਣੇ ਵੱਲੋਂ ਤੁਹਾਡੇ ਚੈਨਲ ਦੇ ਰਾਹੀਂ ਵੀ ਭਰੋਸਾ ਦਿਵਾਉਂਦਾ ਵੀ ਮੈਂ ਹਰ ਇੱਕ ਦੇ ਘਰ ਤੱਕ, ਹਰ ਇੱਕ ਦੇ ਪਿੰਡ ਤੱਕ, ਹਰ ਇੱਕ ਦੇ ਆਪਣੇ ਭਰਾ ਦੇ ਜਿਹੜੇ ਸਾਡੇ ਵਰਕਰਾਂ ਨੇ ਪਿੰਡਾਂ ਦੇ ਵਿੱਚ ਮਿਹਨਤ ਕੀਤੀ ਆ, ਉਹਨਾਂ ਨੇ ਜਿਹੜੇ ਸਾਡੇ ਨਵੇਂ ਵੀਰ ਜੁਆਇਨਿੰਗ ਵਾਸਤੇ ਸਾਡੇ ਜੋਧੇ ਭਰਾ ਤਿਆਰ ਕੀਤੇ ਨੇ, ਹਰ ਇੱਕ ਪਿੰਡ ਜਾ ਕੇ ਅਸੀਂ ਇਕੱਲੇ ਇਕੱਲੇ ਨੂੰ ਜੁਆਇਨ ਕਰਾਂਗੇ। ਤੁਹਾਡਾ ਸਾਰਿਆਂ ਦਾ ਮੈਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਉਣ 'ਤੇ ਜੀ ਆਇਆਂ ਆਖਦਾ ਔਰ ਨਾਲ ਨਾਲ ਮੈਂ ਵਿਸ਼ਵਾਸ ਦਿਵਾਉਂਦਾ ਵੀ ਜਿਹੜੀਆਂ ਤੁਸੀਂ ਉਮੀਦਾਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਜੇ ਉਹਨਾਂ ਉਮੀਦਾਂ ਨੂੰ ਥੋੜ੍ਹੇ ਸਮੇਂ ਤੱਕ ਸਰਪੰਚੀ ਦੀਆਂ ਇਲੈਕਸ਼ਨਾਂ ਨੇ ਵਧੀਆ ਸਾਫ਼ ਸੁਥਰਾ ਸਰਪੰਚ ਤੁਸੀਂ ਆਪਣੇ ਪਿੰਡਾਂ ਦੇ ਵਿੱਚੋਂ ਚੁਣੋ, ਉਹਨਾਂ ਉਮੀਦਾਂ ਨੂੰ ਤੁਹਾਡੀ ਸਲਾਹ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਤੁਹਾਡੀ ਸਲਾਹ ਦੇ ਨਾਲ ਕੀਤੇ ਜਾਣਗੇ। ਜੋ ਵੀ ਹਰ ਇੱਕ ਭਾਈਚਾਰੇ ਨੂੰ, ਹਰ ਇੱਕ ਭਾਈਚਾਰੇ ਨੂੰ ਮਾਣ ਸਨਮਾਨ ਦਿੱਤਾ ਜਾਊਗਾ, ਜੋ ਵੀ ਹਰ ਇੱਕ ਭਾਈ, ਜਿਹੜੇ ਵੀ ਭਾਈਚਾਰੇ ਦੀ ਆਪਣੇ ਗਲੀਆਂ ਦੇ ਵਿੱਚ, ਆਪਣੇ ਮਹੱਲੇ ਦੇ ਵਿੱਚ ਜਿਹੜੀ ਵੀ ਡਿਮਾਂਡ ਹੋਊਗੀ ਉਸ ਡਿਮਾਂਡ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਇੱਕ ਪਰਿਵਾਰ ਦੇ ਜੀ ਨੂੰ, ਹਰ ਇੱਕ ਭਾਈਚਾਰੇ ਦੇ ਜੀ ਨੂੰ ਸਤਿਕਾਰ ਦਿੱਤਾ ਜਾਊਗਾ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖਿਆ ਜਾਵੇ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਹੋਣੀ ਭਾਜਪਾ ਸ਼ਾਮਲ ਹੋ ਗਏ ਨੇ ਤੇ ਬੀਬੀ ਜਗੀਰ ਕੌਰ ਹੋਣੀ ਵਾਪਸ ਆ ਗਏ ਨੇ ਅਕਾਲੀ ਦਲ ਚ, ਕੀ ਕਹੋਗੇ ਇਹਨਾਂ ਬਾਰੇ? ਵੇਖੋ ਜੀ, ਉਹਨਾਂ ਦਾ ਤੇ ਕੰਮ ਹੀ ਇਹ ਜੀ, ਕਦੀ ਉਧਰ ਚਲ ਗਏ ਕਦੀ ਉਧਰ ਚਲ ਗਏ। ਸਾਡਾ ਕੋਈ ਆਮ ਆਦਮੀ ਪਾਰਟੀ ਦੇ ਯੋਧੇ ਆ, ਆਮ ਆਦਮੀ ਪਾਰਟੀ ਦੇ ਯੋਧੇ ਬਦਲਾਅ ਲਈ ਆਏ ਸੀ। ਹੁਣ ਬਦਲਾਅ ਵਾਸਤੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਪਹੁੰਚ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਕਿ ਵੀ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦੇ ਨੁਮਾਇੰਦੇ ਜਾ ਰਹੇ ਨੇ। ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਵੀ ਘਰ ਘਰ ਜਾ ਕੇ ਕੰਮ ਹੋਣਗੇ, ਹਰ ਇੱਕ ਪ੍ਰਸ਼ਾਸਨ ਦਾ ਨੁਮਾਇੰਦਾ ਜੋ ਪਿੰਡਾਂ ਦੇ ਨਾਲ ਸੰਬੰਧਿਤ ਹੈ, SDM ਸਾਹਿਬ, ਤਹਿਸੀਲਦਾਰ, ਪਟਵਾਰੀ, ਜੋ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਦੇ ਨੁਮਾਇੰਦੇ ਸੰਬੰਧਿਤ ਨੇ, ਉਹ ਹਰ ਇੱਕ ਨੁਮਾਇੰਦਾ ਪਿੰਡ ਦੇ ਵਿੱਚ ਸਰਕਾਰ ਆਪਕੇ ਦੁਆਰ ਦੀ ਜਾ ਤਹਿਤ ਕੰਮ ਕਰ ਰਹੇ ਨੇ। ਅਸੀਂ ਉਹਨਾਂ ਖਿੱਦੋਂ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਖਿੱਦੋਂ ਵੱਲ ਧਿਆਨ ਦੇਵਾਂਗੇ ਤਾਂ ਸਾਡਾ ਟਾਈਮ ਬੜਾ ਕੀਮਤੀ ਹੈ। ਅਸੀਂ ਆਪਣੀ ਟੀਮ ਆਪਣੇ ਟਾਈਮ ਨੂੰ ਫਾਲਤੂ ਪ੍ਰਨੀਤ ਕੌਰ ਜੀ ਜੀ, ਰਾਣੀ ਮਹਾਰਾਣੀ ਜੀ, ਸਾਡੇ ਦੂਜੇ ਜੀ ਇੱਕ ਹੋਰ ਤੁਸੀਂ ਨਾਂ ਲਿਆ ਜੀ, ਉਹਨਾਂ ਵਾਸਤੇ ਅਸੀਂ ਆਪਣਾ ਫਾਲਤੂ ਟਾਈਮ ਖਰਾਬ ਨਹੀਂ ਕਰਨਾ। ਉਹਨਾਂ ਨਾਲ ਆਉਣਾ ਜਾਣਾ ਬਣਿਆ ਹੈ, ਉਹ ਇੱਕੋ ਹੀ ਘਰ ਨੇ, ਕਦੀ ਉੱਧਰ ਅਤੇ ਕਦੀ ਉੱਧਰ, ਉਹ ਇੱਕੋ ਹੀ ਹੈ, ਇੱਕ ਮੈਕੀ ਨੇ ਸਾਰੇ ਜੀ।